ਹੈਲੋ ਭਾਜੀ, ਇੱਕ ਐ ਪੈਕ ਕਰ ਦਿਓ ਤੇ ਇੱਕ ਐ ਪੈਕ ਕਰ ਦਿਓ, ਕਿੰਨੇ ਪੈਸੇ ਜੇ? ਇਹ ਦੋਨਾਂ ਦਾ ਭਾਜੀ 3500 ਰੁਪਿਆ ਭਾਜੀ, 3500 ਕਾ ਦਾ? 3500 ਕਾ ਦਾ ਸੂਟ 3500 ਵਾਲੇ ਆ ਨੇ। ਹਾਂਜੀ, ਇਹ ਜਨਾਬ 1500 ਰੁਪਿਆ ਭਾਜੀ, ਲੰਡੇ ਜੋ ਲੈਣ ਦਿਓ ਤੁਹਾਨੂੰ 1500। ਭਾਜੀ ਤੂੰ ਦੁਕਾਨਦਾਰੀ ਲਾਈ ਕੇ ਚੋਰ ਬਜ਼ਾਰੀ ਲਾਈ, ਇਹ 1500 ਰੁਪਿਆ ਫਾਈਨਲ, ਇਹ 1500 ਲੈਣਾ ਇਹ ਲੋੜੀ ਤਾਂ ਮੈਂ ਚੱਲਾਂ ਜੀ। ਮੈਂ ਭਾਜੀ ਕਿਹੜਾ ਤੁਹਾਡੇ ਘਰੋਂ ਚੁੱਕ ਲਿਆ ਵਾਂ ਚੋਰੀ ਦੇ ਲਾਏ, ਮੈਨੂੰ ਕਹੀ ਜਾਂਦੇ ਹੋ ਭਾਜੀ? 3500 ਕਿਸ ਚੀਜ਼ ਦਾ ਲੈਣਾ ਤੁਸੀਂ? ਇਹਨਾਂ ਦਾ ਲੈਣਾ ਭਾਜੀ, ਇਹਨਾਂ ਦਾ ਭਾਜੀ, ਇਹ 3500 ਵਾਲੇ ਆਏ ਨੇ, 1000 ਰੁਪਿਆ, 500 ਰੁਪਿਆ, 1500 ਰੁਪਿਆ ਫਾਈਨਲ, ਇਹਨੂੰ ਪੈਕ ਕਰੋ ਤੇ ਮੈਂ ਜਾਵਾਂ। ਜੇ ਤੁਹਾਨੂੰ ਇਹ ਪਸੰਦ ਹੈ ਫਿਰ ਤੁਸੀਂ ਇਹ ਲੈ ਲਓ। ਨਹੀਂ ਨਹੀਂ, ਇਹ ਦੋਵੇਂ 1500 ਰੁਪਏ ਪੈਕ ਕਰੋ ਬਸ, ਫਾਈਨਲ ਕਰੋ। ਅੱਛਾ ਯਾਰ, ਬਿਸਮਿਲ੍ਲਾ ਕਰਨੀ, ਤੂੰ ਤੇ ਜਨਾਨੀਆਂ ਨਾਲ ਵੀ ਭੈੜਾ ਵਾ ਕਸਮ, ਜਨਾਨੀਆਂ ਇੰਨਾ ਟਾਈਮ ਨਹੀਂ ਲਾਉਂਦੀਆਂ। ਸ਼ਾਪਰ ਵੀ ਭਾਜੀ ਆਪਣੇ ਮੂੰਹ ਦੇ ਨਾਲ ਦੇ ਵੱਡੇ ਲਾਏ ਜੇ, ਸ਼ਾਪਰ ਪੈਕ ਕਰੋ ਜਲਦੀ ਕਰੋ। ਭਾਜੀ ਸ਼ਾਪਰ ਤੁਹਾਡੇ ਮੂੰਹ ਦੇ ਨਾਲ ਦੇ ਆ, ਵੇਖੋ ਪਾ ਕੇ ਵਾਵਾ ਤੁਹਾਨੂੰ। ਬੈਠੋ, ਮੈਂ ਦੁਕਾਨਦਾਰ ਨੇ ਮਜ਼ਾਕ ਕੀਤਾ। ਤੁਸੀਂ ਮਜ਼ਾਕ ਕੀਤਾ, ਤੁਹਾਨੂੰ 6000 ਰੁਪਏ ਵਾਲੇ ਸੂਟ ਤੁਸੀਂ ਲੈ ਕੇ ਚੱਲੇ 1500 ਚ। 1500 ਸ਼ੁਕਰ ਕਰੋ, ਮੈਂ 1500 ਤੁਹਾਨੂੰ ਦੇਣਾ, ਮੈਂ 500 ਤੋਂ 3 ਪੈਸੇ ਦਿੱਤੇ ਕਦੀ। ਹੈਲੋ ਭਾਜੀ, ਮੇਰੇ ਭਰਾ ਦੀ ਸ਼ਾਦੀ, ਸਾਨੂੰ ਨਾ ਸੂਟ ਚਾਹੀਦੇ ਨੇ, ਆਊਟ ਕਲਾਸ ਵਧੀਆ ਸੂਟ। ਮਾਸ਼ਾਅੱਲਾ, ਮਿਲ ਜਾਣਗੇ ਭਾਜੀ, ਪਸੰਦ ਕਰੋ, ਵੈਰਾਈਟੀ ਸਾਰੀ ਲੱਗੀ ਹੋਈ ਹੈ ਜੀ। ਵੈਰਾਈਟੀ ਤੇ ਮਾਸ਼ਾਅੱਲਾ ਤੁਹਾਡੇ ਕੋਲ ਬਹੁਤ ਜ਼ਿਆਦਾ ਹੈ। ਹਾਂਜੀ, ਲੇਕਿਨ ਸਾਨੂੰ ਕੋਈ ਅੱਛਾ ਜਿਹਾ ਸੂਟ ਵਹਾਓ। ਅੱਛਾ ਜਿਹਾ ਸੂਟ ਤੁਹਾਨੂੰ ਵਹਾਵਾਂ? ਹਾਂ, ਕੋਈ ਸ਼ਾਦੀ ਵਾਲਾ ਵਹਾਉਣਾ, ਸ਼ਾਦੀ ਵਾਲਾ? ਹਾਂਜੀ ਹਾਂਜੀ, ਸ਼ਾਦੀ ਵਾਲਾ ਵਿਆਹ ਮੇਰਾ। ਹਾਂਜੀ ਮੇਰਾ ਸੂਟ ਚਾਹੀਦਾ ਹੁਣ ਕਿਹੜਾ ਵਾ? ਸਾਦਾ ਕਢਾਈ ਵਾਲਾ ਵਿਆਹ ਵਾਲਾ ਸੂਟ ਚਾਹੀਦਾ ਭਾਈ, ਕਢਾਈ ਵਾਲੇ ਸੂਟ ਚਾਹੀਦੇ ਨੇ, ਪਤਾ ਲੱਗੇ ਕਿ ਭਾਈ ਮੁੰਡੇ ਦਾ ਵਿਆਹ ਹੈ। ਹਾਂਜੀ ਹਾਂਜੀ, ਯਾਨੀ ਕਿ ਕਢਾਈ ਵਾਲੇ ਤੁਹਾਨੂੰ ਸੂਟ ਜਿਹੜੇ ਨੇ ਉਹ ਮੈਂ ਦਿਆਂ। ਹਾਂਜੀ, ਮੈਂ ਤੁਹਾਨੂੰ ਕਢਾਈ ਵਾਲੇ ਸੂਟ ਵਹਾਉਣਾ ਜੀ ਨਾ। ਇੱਕ ਮਿੰਟ ਲਾ ਕੇ ਚੈੱਕ ਤੇ ਕਰ ਲਈਏ, ਇਹ ਥੋੜਾ ਜਿਹਾ ਇੱਧਰ ਆਓ ਨਾ ਭਾਜੀ, ਐਦਾਂ ਤੁਹਾਨੂੰ ਲਾਈਟ ਵੀ ਪਵੇ। ਐ ਵੇਖੋ, ਐ ਸਾਹਮਣੇ ਲਾਈਟ ਪੈ ਰਹੀ ਹੈ ਨਾ, ਐ ਤੁਹਾਨੂੰ ਲਾਈਟ ਵੀ ਪੈਗੀ। ਹੁਣ ਹੁਣ ਲਾ ਕੇ ਵੇਖ। ਨਹੀਂ ਆ, ਕੋ ਚੰਗਾ ਸੂਟ ਵਹਾ ਜੀ, ਚੰਗਾ ਚੰਗਾ। ਐ ਵੇਖੋ ਭਾਜੀ, ਨਹੀਂ ਨਹੀਂ, ਮੇਰਾ ਭਰਾ ਹੀ ਬੁਰਾ ਲੱਗਣ ਲੱਗ ਪਿਆ। ਆ ਤੇ ਛੀਦੇ ਮਸਾਲੀ ਨੇ ਪਾਇਆ ਆਪਣੇ ਵਿਆਹ ਤੇ। ਹਾਂ, ਆ ਵੇਖੋ ਜੀ, ਇਹ ਕੁਝ ਮਾੜਾ ਜਿਹਾ ਬੁਰਾ ਲੱਗ ਰਿਹਾ। ਹਾਂਜੀ, ਚੰਗਾ ਵਹਾਓ ਜੀ, ਚੰਗਾ। ਭਾਜੀ ਇੱਥੇ ਤੁਸੀਂ ਇਹ ਵੇਖੋ ਨਾ, ਜਿੰਨੇ ਲੱਗੇ ਨਾ ਤੁਸੀਂ ਮੈਨੂੰ ਇਸ਼ਾਰਾ ਕਰਨਾ, ਮੈਂ ਲਾ ਲੈਣਾ, ਮੇਰੇ ਲੈਣ ਤੁਹਾਨੂੰ ਪਸੰਦ ਨਹੀਂ ਆ ਰਿਹਾ। ਵੇਖੋ ਜੀ, ਅਕਲਮੰਦ ਵਾਸਤੇ ਇਸ਼ਾਰਾ ਕਾਫੀ ਹੁੰਦਾ। ਹਾਂਜੀ, ਮੈਨੂੰ ਇਸ਼ਾਰਾ ਹੋ ਗਿਆ। ਤੁਸੀਂ ਐਂ ਨਹੀਂ ਕਰੋ, ਉਹ ਵਹਾਓ ਦੀ ਤਰ੍ਹਾਂ, ਉਹ ਉਹ ਵਾਈਟ ਸੂਟ ਜਿਹੜਾ, ਉਹ ਬੋਸਕੀ ਜਿਹਾ। ਮੈਨੂੰ ਲੱਗਦਾ ਬਾਬਾ ਬੰਨ ਕੇ ਰੱਖਿਆ ਤੁਸੀਂ, ਕੌੜਾ ਹੋਇਆ ਪਿਆ। ਮੈਨੂੰ ਡਾਇਰੈਕਟ ਕੰਨ ਖਿੱਚ ਕੇ ਨਾਲ ਆ ਜਾ, ਜਿਵੇਂ ਆ ਕਰਕੇ ਆਉਂਦਾ ਵਾ। ਤੁਸੀਂ ਭਾਈ ਜਾਨ ਦੁਕਾਨਦਾਰ ਹੋ ਜਾਂ ਕੌਣ ਹੋ ਤੁਸੀਂ? ਭਾਈ ਜੀ ਮੈਂ ਦੁਕਾਨਦਾਰ ਹੀ ਆ। ਕਿਹੜਾ ਗਿਆ ਜੀ? ਉਹ ਵਾਲਾ, ਉਹ ਵਾਲਾ ਮੈਂ ਲੈ। ਵੀ ਕਿਸੇ ਕੰਮ ਦਾ ਨਹੀਂ ਆ ਤੇ ਉਹ ਜਿਹੜਾ ਰਾਤੀ ਝੁੰਬਰ ਪਾਉਣ ਡਏ ਮੁੰਡੇ, ਉਹਨਾਂ ਨੇ ਪਾਇਆ ਸੀ। ਹਾਂ, ਇਹ ਤੇ ਯਾਰ ਢੋਲਾਂ ਵਾਲਿਆਂ ਭਾਈ ਇਹਦਾ ਨਾ ਇਹਦਾ ਸੂਟ ਵਹਾਈ। ਹੁਣ ਹੁਣ ਤੁਸੀਂ, ਮੈਂ ਮੁੰਡਾ ਬੁਲਾ ਲਿਆ ਆਪਣਾ, ਹੁਣ ਤੁਸੀਂ ਇਸ਼ਾਰਾ ਕਰੀ ਜਾਣਾ ਵਾ, ਇਸ਼ਾਰਾ ਕਰੀ ਜਾਣਾ ਤੇ ਮੈਨੂੰ ਸੂਟ ਵਹਾਈ ਜਾਣਾ ਵਾ। ਹਾਂਜੀ, ਹੁਣ ਦੱਸੋ ਕਿਹੜਾ ਤੁਹਾਨੂੰ ਪਸੰਦ ਕਰਾਵਾਂ ਯਾਰ? ਰੈਡ ਵਹਾ ਨਾ, ਰੈਡ ਸੂਟ ਐਡਾ ਸੋਹਣਾ ਪਿਆ, ਰੈਡ ਸੂਟ ਸੁੱਟੀ ਯਾਰ। ਆ ਵੇਖੋ ਲਾਲਾ, ਮੇਰਾ ਵਿਆਹ ਬਾਬਾ ਜੀ ਦਾ ਨਹੀਂ। ਹਾਂ ਯਾਰ, ਲਾਲ ਵੀ ਨਹੀਂ ਆ। ਹਾਂ ਲਾਲ ਆ ਭਾਜੀ, ਮੈਨੂੰ ਕਿਹੜੀ ਛਪਾ ਕੇ ਨਿਕਲੀ ਆ।
ਅੱਗੇ ਨਸੀਬ ਭਰੇ ਉੱਤੇ ਸੂਟ ਹਰਾ ਐ ਨੀ ਮੈਂ ਸਵਾਣਾ ਦਬਾਓ ਲਾਲਾ ਪਿੰਡ ਤੇਰਾ ਭਰਾ ਨਾ ਜਿਹਦਾ ਵਿਆਹ ਵਾ ਇਹਨੂੰ ਐ ਹੀ ਪੁਆ ਮਸਤਾਂ ਵਾਲਾ ਰੰਗ ਨਹੀਂ ਗੱਲ ਉਹਨੇ ਕਿਸੇ ਹੱਦ ਤੱਕ ਕੀਤੀ ਤੇ ਬਕਵਾਸ ਹੀ ਏ ਕੀ ਕਹਿ ਰਹੇ ਹੋ ਤੁਸੀਂ ਭਾਜੀ ਮੈਂ ਕਹਿੰਦਾ ਕਿ ਕਲਰ ਤੇ ਬਹੁਤ ਪਿਆਰਾ ਲੇਕਿਨ ਨਾ ਇਹਦੇ ਤੇ ਡਿਜ਼ਾਈਨਿੰਗ ਬਹੁਤ ਘੱਟ ਏ ਹਾਂਜੀ ਤੁਸੀਂ ਭਾਜੀ ਨਾ ਜੀ ਕਰੋ ਬਾਜ਼ਾਰ ਚਲ ਜਾਓ ਉਹ ਦੂਲਾ ਸ਼ਾਪ ਏ ਨਾ ਉੱਥੋਂ ਜਾ ਕੇ ਆਪਣੀ ਮਰਜ਼ੀ ਦਾ ਸੂਟ ਲਵੋ ਉਹ 35-40 ਹਜ਼ਾਰ ਰੁਪਏ ਦਾ ਨਾਲੇ ਤੁਹਾਡੀਆਂ ਅੱਖਾਂ ਖੋਲੋ ਤੇ ਨਾਲੇ ਇਹ ਵੀ ਠੀਕ ਹੋਵੇ ਲੈ ਲਾ ਨਕਲਾਂ ਲਾਉਂਦਾ ਵੇਖ ਲਾ ਫਿਰ ਇਹ ਤੁਹਾਡੀ ਦੁਕਾਨ ਬਾਜ਼ਾਰ 'ਚ ਨਹੀਂ ਸਾਡੀ ਦੁਕਾਨ ਬਾਜ਼ਾਰ 'ਚ ਆ ਜੇ ਤੁਹਾਨੂੰ ਐ ਨਹੀਂ ਨਾ ਪਸੰਦ ਆਇਆ ਫਿਰ ਦੂਲਾ ਇਹਦਾ ਵਿਆਹ ਹੈ ਨਾ ਤੇ ਫਿਰ ਦੂਲਾ ਸ਼ਾਪ ਤੇ ਜਾਓ ਭਾਜੀ ਓਏ ਬਸ ਹੋ ਗਏ ਫਾਈਨਲ ਹੋ ਗਿਆ ਕਿਹੜਾ ਉਹ ਵਹਾਓ ਜੀ ਕਿਹੜਾ ਉਹ ਉਤਲਾ ਉਤਲਾ ਉਹ ਜਾਮਨ ਕਲਰ ਉਹ ਜਾਮਨ ਉਹ ਉੱਤੇ 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 ਆ ਵਹਾਓ ਜੀ ਲਓ ਲੱਭ ਗਿਆ ਕਿ ਆ ਸਹੀ ਆ ਆ ਸਹੀ ਆ ਆ ਭਾਜੀ ਇਹਨੂੰ ਤੁਸੀਂ ਘਰ ਹੀ ਬੰਨ ਆਣਾ ਸੀਗਾ ਤੁਹਾਨੂੰ ਤੰਗ ਨਹੀਂ ਕਰ ਰਿਹਾ ਬਾਜ਼ਾਰ ਜੇ ਤੂੰ ਖੁੱਲਾ ਫਿਰ ਸਕਣਾ ਤੇ ਇਹ ਨਹੀਂ ਖੁੱਲਾ ਫਿਰ ਸਕਦਾ ਮੈਂ ਕਿਹੜਾ ਤੁਹਾਨੂੰ ਢੁੱਡ ਮਾਰ ਬੈਠਾ ਜੇ ਮੈਂ ਖੁੱਲਾ ਫਿਰਨ ਡਿਆ ਮੈਂ ਖੁੱਲਾ ਫਿਰ ਕੇ ਤੈਨੂੰ ਤੰਗ ਵੀ ਤੇ ਨਹੀਂ ਨਾ ਕਰਨ ਡਿਆ ਤੁਸੀਂ ਇਨਸਲਟ ਕਰ ਰਹੇ ਹੋ ਅਸੀਂ ਤੁਹਾਡੇ ਕਸਟਮਰ ਆ ਇਸ ਤਰ੍ਹਾਂ ਗੱਲ ਮੈਂ ਤੁਹਾਡੀ ਇਨਸਲਟ ਨਹੀਂ ਕਰ ਰਿਹਾ ਮੈਂ ਤੁਹਾਨੂੰ ਜ਼ਲੀਲ ਕਰ ਰਿਹਾ ਆ ਫੜੋ ਭਾਜੀ ਮੈਂ ਵੈਲਕਮ ਕੀਤੀ ਹੈ ਮੁਹੱਬਤ ਕੀਤੀ ਹੈ ਅੱਗੇ ਇੱਥੇ ਇੱਕ ਮੋਟਾ ਜਿਹਾ ਆਇਆ ਉਹਨੇ ਮੈਨੂੰ ਖਜਾਇਆ ਉੱਥੋਂ ਤੁਸੀਂ ਆ ਗਏ ਇਹ ਵੇਖੋ ਨਾ ਚੀਜ਼ ਵਹਾਈ ਜੇ ਨਾ ਐ ਤੇ ਹੈ ਕਿਸੇ ਕਾਬਲ ਉਹ ਚੰਗੀ ਚੀਜ਼ ਵਹਾਓ ਆ ਜਾਮ ਨੂੰ ਜੇ ਹੈਗਾ ਭਾਵੇਂ ਪੂਰੀ ਬਰਾਤ ਮੈਨੂੰ ਵੱਟੇ ਮਾਰਨ ਡਿਆ ਪਿਆ ਕੋਈ ਚੀਜ਼ ਵਹਾ ਤੂੰ ਦੁਕਾਨ ਖੋਲੀਏ ਅੱਗੋਂ ਤੂੰ ਵੇਖੀ ਜਾਂਦਾ ਬਿਟਣ ਬਿਟਣ ਕੇ ਉਹ ਤਾਂ ਮੇਰੇ ਭਰਾ ਨੂੰ ਗੱਲਾਂ ਕਰ ਰਿਹਾ ਆ ਸਾਹਮਣੇ ਲਾਰੀ ਅੱਡਾ ਉੱਥੇ ਟੁਰ ਜਾ ਨਹੀਂ ਤੇ ਅੱਗਾਂ ਦਰਬਾਰ ਆ ਸ਼ਦੌਲਾ ਸਾਹਿਬ ਉੱਥੇ ਚੱਲ ਜਾ ਕਿਸੇ ਮਜੌੜ ਦਾ ਨਾ ਚੋਲਾ ਲਾ ਕੇ ਇਹਨੂੰ ਪਵਾ ਤੇ ਬਰਾਤ ਲੈ ਜਾ ਜੀ ਇਹ ਮਸਤ ਆ ਇਹਨੂੰ ਇਹ ਜੇ ਤੁਹਾਨੂੰ ਇਹ ਕੱਪੜੇ ਨਹੀਂ ਨਾ ਪਸੰਦ ਆਏ ਐ ਲੈ ਆਪਣਾ ਯਾਰ ਮੈਨੂੰ ਤਰਾ ਅਸੀਂ ਐ ਲੈ ਆ ਕਢਾਈ ਵਾਲੇ ਨਹੀਂ ਨਾ ਤੁਹਾਨੂੰ ਪਸੰਦ ਆਏ ਤੇ ਤੁਹਾਨੂੰ ਕੋਈ ਵੀ ਨਹੀਂ ਪਸੰਦ ਆਉਣਾ ਅਸੀਂ ਬਰਾਤ ਲੈ ਕੇ ਜਾਣੀ ਕਿ ਤੁਹਾਡੇ ਘਰ ਚਾਦਰ ਲੈ ਕੇ ਜਾਣੀ ਚੋਲਾ ਪਾ ਕੇ ਆ ਜਾਣਾ ਵੇਖਿਆ ਨਹੀਂ ਨਹੀਂ ਹਾਥੀ ਸਿੱਧਾ ਕਰਾਇਆ ਵਾ ਹਾਥੀ ਸਿੱਧਾ ਕਰਾਇਆ ਹਾਂਜੀ ਮਿਹਰਬਾਨੀ ਰਿਕੁਐਸਟ ਹੈ ਮੇਰੇ ਭਰਾ ਦੀ ਸ਼ਾਦੀ ਹੈ ਕੋਈ ਐਸਾ ਸੂਟ ਵਹਾਓ ਕਿ ਵਿਹਲੀ ਬੰਦੇ ਦੀ ਤਬੀ ਯਾਰ ਵੇਖਿਆ ਹੀ ਇਹ ਗੱਲ ਹੁੰਦੀ ਜੇ ਲੈ ਸ਼ਦਾਦਿਆ ਇਹਦੇ ਵਿੱਚ ਤੂੰ ਕਮਾਲ ਲੱਗੇਗਾ ਵੇਖਣਾ ਨਿਕਲ ਕੇ ਆ ਚੀਜ਼ ਹੁੰਦੀ ਹੈ ਚਲੋ ਆ ਗਿਆ ਨਾ ਹੁਣ ਪਸੰਦ ਐ ਮੈਂ ਇਧਰ ਕਰ ਲਾਂ ਚੁੱਕ ਲਓ ਭਾਈ ਬਾਕੀ ਸਭ ਚੁੱਕ ਲਓ ਮੈਂ ਇਧਰ ਕਰ ਲੈਣਾ ਵਾ ਚੁੱਕ ਲਓ ਚੁੱਕ ਲਓ ਆ ਚੁੱਕ ਲੈ ਜੀ ਚੁੱਕ ਲਓ ਅਭੀ ਚੁੱਕ ਲੈ ਹਾਂਜੀ ਆਏ ਆਏ ਇੱਕ ਮਿੰਟ ਯਾਰ ਲਾਲਾ ਚਿੱਟਾ ਬਾਗਲਾ ਕਹਿੰਦਾ ਕਬਰਸਤਾਨ ਨੂੰ ਦੌੜਿਆ ਨਾ 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 ਓਏ ਖੂਬਸੂਰਤ ਲੱਗੇ ਆ ਵੇਖੋ ਹੁਣ ਟੌਰ ਕਰ ਦਿੱਤਾ ਐ ਮੂੰਹ ਵੀ ਬੰਦ ਰ ਐ ਤੇ ਮੂੰਹ ਤੇ ਛਿੱਕੂ ਚੜਾ ਲੈ ਐ ਸੋਹਣਾ ਸੂਟ ਪਾ ਕੇ ਐਂਜਾਂ ਚ ਕਰੇਗਾ ਐ ਤੇ ਮੂੰਹ ਤੇ ਛਿੱਕੂ ਚੜਾ ਜਾਂ ਚੜਾ ਦੇ ਮਾਸਕ ਤੂੰ ਕਿਹਾ ਕਰੋਨਾ ਤੋਂ ਡਰਦਾ ਮੁੰਡਾ ਭਾਈ ਵੋਟੀ ਦੌੜ ਜਾਣੀ ਓ ਐਦੀ ਸ਼ਕਲ ਵੇਖ ਕੇ ਭਰਾ ਮੇਰਿਆ ਮੰਨ ਲਾ ਸੂਟ ਵੇਖ ਤੇ ਇਹਦੀ ਸ਼ਕਲ ਵੇਖ ਐ ਸੂਟ ਐ ਸ਼ਕਲ ਐਦੀ ਸੂਟ ਵਾਲੀ ਹੈਗੀ ਆ ਭਾਜੀ ਵੋਟੀ ਦੌੜ ਜਾਣੀ ਆ ਹਾਂ ਸੂਟ ਦੇ ਰਿਹਾ ਨਾ ਹਾਂ ਤੇ ਨਾਲ ਕੋ ਹੋਰ ਦੇ ਦਿਓ ਆ ਵੇਖੋ ਗੱਲਾਂ ਕਰਨ ਵਾਲੀ ਹਲੋ ਉਹ ਬੜਾ ਦਬਾ ਹੋ ਜਾ ਨਾ ਇੱਧਰ ਲੱਲਾ ਭਾਵੇਂ ਚਾਕ ਦੁਕਾਨ ਤੇ ਵੇਖਦੇ ਆ ਆਹੋ ਆ ਵੇਖ ਆ ਜਰਾ ਨਹੀਂ ਇਹ ਪਸੰਦ ਆ ਉਹ ਤੁਹਾਨੂੰ ਪਸੰਦ ਆ ਗਿਆ ਤੇ ਫੇਰ ਹੁਣ ਕਾਹਦਾ ਰੌਲਾ ਵਾ ਯਾਰ ਇੱਕ ਸੂਟ ਲੈਣਾ ਕੋਈ ਅਸੀਂ ਕੋਈ ਇੱਕ ਤੇ ਨਹੀਂ ਲੈਣਾ ਨਾ ਹਾਂਜੀ ਹਾਂਜੀ ਜੀ ਬਿਸਮਿਲ੍ਲਾ ਹੁਣ ਇੱਥੇ ਮੇਰਾ ਪੁੱਤਰ ਗੱਲ ਪਤਾ ਕਿ ਜਦੋਂ ਵਿਆਹ ਹੋਵੇ ਨਾ ਬੰਦੇ ਦਾ ਤੇ ਜਦੋਂ ਵਿਆਹ ਹੁੰਦਾ ਤੇ ਫਿਰ ਉਦੋਂ ਬੰਦਾ ਫਿਰ ਅੱਛੇ ਤਰੀਕੇ ਨਾਲ ਸੀਰੀਅਸ ਰਹਿੰਦਾ ਪਤਾ ਲੱਗੇ ਲਾੜਾ ਚੰਗਾ ਵਾ ਤੂੰ ਰੁਮਾਲ ਮੂੰਹ ਤੇ ਰੱਖਣਾ ਤੂੰ ਹੇ ਨਹੀਂ ਕਹਿਣਾ ਉਦੋਂ ਤੇ ਮੌਲਵੀ ਕੇ ਕਬੂਲ ਹੈ ਕਬੂਲ ਹੈ ਤੇ ਤੂੰ ਅੱਗੋਂ ਕਰੇ ਪੁੱਤਰ ਇਹਦੀ ਗੱਲ ਸੁਣਨੀ ਹੈ ਤੂੰ ਇੰਜੀ ਸਮਝ ਜਿਵੇਂ ਤੇਰਾ ਸਹੁਰਾ ਸਮਝ ਗਿਆ ਨਾ ਓਏ ਤਰਤੀਬ ਕਰ ਭਾਈ ਮੇਰੇ ਵੱਡੇ ਭਰਾ ਦੀ ਗੱਲ ਨਾ ਮੋੜਿਓ ਤੁਸੀਂ ਸਮਝਾਉਂਦੇ ਹੀ ਇੰਜੋ ਭੈ ਮੈਨੂੰ ਬਸ ਓਏ ਲਗੜ ਬਗੜ ਦੇ ਪੈਰ ਨੂੰ ਤੇ ਪਰਾਂ ਲੈ ਜਾ ਚੱਲ ਛੱਡ ਛੱਡ ਤੁਹਾਡਾ ਇਹ ਸੂਟ ਪਸੰਦ ਹੈ ਸਾਨੂੰ
ਇੱਕ ਵਲੀਮੇ ਵਾਲਾ ਵੀ ਵਹਾ ਦੇ, ਵਲੀਮੇ ਵਾਲਾ ਇਹਦੇ ਚ ਪਸੰਦ ਕਰ ਲੋ, ਵਲੀਮੇ ਵਾਲਾ ਕਵਾ। ਦੁਕਾਨ ਆ ਮੇਰਾ, ਕੋਈ ਤੁਹਾਡਾ ਘਰ ਨੀ ਹੈ ਜਿੱਥੇ ਕੱਪੜੇ ਬਦਲਦੇ ਹੋ ਤੁਸੀਂ। ਵਲੀਮੇ ਵਾਲਾ ਤੈਨੂੰ ਨਹੀਂ ਪਸੰਦ ਤੇ ਇੰਜ ਸੁੱਟ ਨਾ, ਬਸ ਮੈਂ ਤੈਨੂੰ ਕਹਿ ਦਿੱਤਾ ਵਾ, ਵਲੀਮੇ ਵਾਲਾ ਕਿ ਨਹੀਂ ਵਲੀਮੇ ਵਾਲਾ। ਕਾਲਰ ਕਿੰਨਾ ਤੇਰਾ? ਕਾਲਰ 260 ਦੀ ਮੱਚ, 260 ਰੋਟੀ ਦਾ ਟਾਈਮ। ਤੁਸੀਂ ਭਾਈ ਜਾਨ ਦੁਕਾਨਦਾਰ ਬਣੋ, ਉਹਦੀ ਅੰਮੀ ਨਾ ਬਣੋ। ਉਹ ਪੈਣ ਡਿਆ ਵਾ ਇਹਨੂੰ ਸਮਝਾ, ਕਿਹੜਾ ਲਾੜਾ ਵਾ ਯਾਰ ਜਿਹਨੂੰ ਤਮੀਜ਼ ਨੀ ਆ, ਕਿਉਂ ਕਿਸੇ ਕੁੜੀ ਦੇ ਨਸੀਬ ਰੋੜਨ ਲਗਾ। ਲਾਲਾ ਉਹ ਸੂਟ ਲੈਣਾ ਮੇਰੀ ਸੱਸ ਵਾਸਤੇ, ਸੋਹਣਾ ਜਾ ਕਢਾਈ ਵਾਲਾ ਜਿਹੜਾ ਗਿੱਧਾ ਪਾਉਂਦੀ ਕਦੀ ਹਾਲੀ ਹੈ ਤੇਰਾ ਭਰਾ ਮਸਤ ਆ ਦੇ ਦਾ ਹਾਲ ਆ, ਸੱਸ ਦਾ ਵੀ ਸੂਟ ਲੈਣਾ ਐਡਵਾਂਸ ਹੀ ਜਨਾਨੀ ਦੇ ਥੱਲੇ ਲੱਗਾ ਪਿਆ ਵਾ। ਅਸੀਂ ਬੜੇ ਸੂਟ ਲੈਣੇ ਨੇ, ਵਲੀਮੇ ਵਾਲਾ ਕਵਾਓ ਵਲੀਮੇ। ਆ ਵੇਖ ਯਾਰ, ਵਾਹ ਵਾਹ ਵਾਹ, ਸੁੱਟੀ ਨਾ ਮੈਂ ਚਪੇੜਾ ਮਾਰਾਂਗਾ ਤੈਨੂੰ, ਮੈਂ ਤੈਨੂੰ ਪਹਿਲਾਂ ਦੱਸਿਆ, ਵਾਹ ਵਾਹ ਤੋਂ ਬਾਅਦ ਤੂੰ ਸੁੱਟਣਾ ਵਾ, ਤੈਨੂੰ ਮੈਂ ਸਮਝ ਗਿਆ ਵਾ। ਲਾਲਾ ਖਤਰਨਾਕ ਬੰਦਾ ਹੀ ਆ, ਇਹਦੇ ਕੋਲ ਧਿਆਨ ਨਾ ਕੱਪੜੇ ਲੈ ਕੇ ਨਿਕਲਣ ਵਾਲੀ ਗੱਲ। ਇਹਨੂੰ ਕਿਹਾ ਮੈਂ ਲਾਲੇ ਨੂੰ ਕਿਹਾ ਨਾ ਸੁੱਟੀ, ਤੇ ਮੈਂ ਸੁੱਟ ਦੇਣਾ ਲਾਲੇ ਨੂੰ ਕਿਹਾ ਤੂੰ, ਮੈਨੂੰ ਤੇ ਨਹੀਂ ਕਿਹਾ। ਓਏ ਮਸਤ ਹੁੰਦਾ ਨਜਾਇਜ਼ ਫਾਇਦਾ ਨਾ ਚੁੱਕ, ਹੋਏ ਮੈਂ ਤੈਨੂੰ ਕਹਿਣ ਡਿਆ ਵਾ। ਚਲੋ ਭਾਈ ਜੀ, ਗੱਲ ਇਹ ਇਹ ਸੂਟ ਸਾਨੂੰ ਪਸੰਦ ਹੈ। ਹੈ ਪੁੱਤਰ ਆਉਣ ਗਈ ਵਿਆਹ ਨਾ ਕਰਾ, ਇਹਨੂੰ ਲਾਰੀ ਅੱਡੇ ਛੱਡ ਮੰਗੇ, ਤੁਸੀਂ ਚੰਗਾ ਭਲਾ ਤੁਹਾਡਾ ਕਾਰੋਬਾਰ ਆਵੇ। ਆ ਵੇਖੋ ਜੀ, ਪਸੰਦ ਕਰੋ, ਹੋਰ ਪਸੰਦ ਨੀ ਕਰਨੇ ਅਸੀਂ। ਹਾਂਜੀ, ਇਹ ਪਸੰਦ ਆ ਗਏ ਨੇ। ਅੱਛਾ, ਇਹ ਜਿਹੜਾ ਤੁਸੀਂ ਪਹਿਲੇ ਸੂਟ ਵਹਾਇਆ ਨਾ, ਹਾਂਜੀ, ਸਾਡੀ ਬਰਾਤ ਜਾਣੀ 250 ਬੰਦਿਆਂ ਦੀ। ਅੱਛਾ, ਇਹ ਇੱਕੋ ਜਿਹਾ ਸੂਟ ਪਾ ਕੇ ਅਸੀਂ ਕਰਨੇ ਨੇ, ਸਾਨੂੰ 250 ਦੇ ਦਿਓ। ਜਿੰਨੀ ਬਰਾਤ ਨੇ ਜਾਣੀ ਨੇ ਇੱਕੋ ਜਿਹਾ ਸੂਟ ਪਾ ਕੇ ਜਾਣੇ ਨੇ, ਸਾਡੇ ਚ ਰਸਮ ਹੈ। ਤੇ ਹੁਣ ਮੇਰੇ ਕੋਲ 250 ਸੂਟ ਤੇ ਨਹੀਂ, ਇਹਦੇ ਨਾਲ ਦਾ ਹੈ, ਇਹ 2-3 ਪੀਸ ਹੋਰ ਨਿਕਲ ਆਣਗੇ। ਓਏ ਦੁਕਾਨ ਪਾਈ ਆ ਕਿ ਰੇੜੀ ਲਾਈ ਆ? ਦੁਕਾਨ ਪਾਈ ਆ ਭਾਜੀ। ਤੇ 250 ਸੂਟ ਦੇ ਤੇ ਨਾਲ ਦਾ ਸਾਡਾ ਟਾਈਮ ਕਾਹਨੂੰ ਜ਼ਾਇਆ ਕੀਤਾ ਜੀ? ਮੈਂ ਤੁਹਾਡਾ ਟਾਈਮ ਜ਼ਾਇਆ ਕੀਤਾ ਕਿ ਤੁਸੀਂ ਮੇਰਾ ਟਾਈਮ ਜ਼ਾਇਆ ਕੀਤਾ? ਭਾਈ ਜਾਨ, ਸਾਨੂੰ 250 ਸੂਟ ਇੱਕੋ ਜਿਹਾ ਚਾਹੀਦਾ, ਔਰ ਬੱਚਿਆਂ ਦੇ ਵੀ ਚਾਹੀਦੇ ਨੇ। ਓਏ ਇਹ 250 ਨਹੀਂ ਹੈ, ਇਹਨੂੰ ਆਰਡਰ ਦੇ ਦਿਓ, ਮੈਂ 250 ਸੂਟ ਸਵਾ ਦੇਣਾ ਤੁਹਾਨੂੰ। ਉਹ ਠਹਿਰ ਜਾ ਓਏ, ਨਾਲ ਬੱਚਿਆਂ ਦੇ ਵੀ। ਅੱਛਾ, ਹੁਣ 250 ਨਹੀਂ ਹੈਗਾ? 250 ਸੂਟ ਨਹੀਂ ਹੈਗਾ, ਇਹ ਤੁਹਾਨੂੰ 10 ਦਿਨਾਂ ਦੇ ਅੰਦਰ 250 ਸੂਟ ਤਿਆਰ ਕਰਾ ਦਿਆਂਗਾ। 10 ਦਿਨਾਂ ਕੀ? ਅਸੀਂ ਸਵੇਰੇ ਬਰਾਤ ਲੈ ਕੇ ਜਾਣੀ ਹੈ। ਅਸਾਂ ਲਾਣ ਕਰਾਤਾ ਮਸੀਤੇ, ਸਵੇਰੇ ਬਰਾਤ ਚੁੱਕਣੀ। ਲਾਲਾ ਕੀ ਮੈਂ ਬਹੁਤ ਹੋ ਜਾਣਾ ਵਾ? ਨਹੀਂ, ਬਰਾਤ ਖੜਨੀ ਨਹੀਂ ਤੇ ਏਡੀ ਜਲਦੀ? ਤੁਸੀਂ ਪਹਿਲੇ ਤਿਆਰੀ ਕਰੀ ਦੀ ਵਿਆਹ ਦੀ, ਸਵੇਰੇ ਬਰਾਤ ਆ, ਉਹ ਜਿੱਥੇ ਵਿਆਹ ਹੋਣ ਜਾਣਾ ਉਹ ਵੀ ਤੇ ਨਹੀਂ ਅੱਗੋਂ ਮਸਤ
ਕਿਉਂ ਤੇ ਸਾਲੇ ਮੇਰੇ ਨੇ ਕੀ ਪਾਉਣਾ ਸਾਲੇ ਦੀ ਵੀ ਟੈਨਸ਼ਨ ਤੂੰ ਇੱਥੇ ਪਾ ਕੇ ਆ ਜੀ ਨਾ ਫਿਰ ਜਦੋਂ ਜਨਾਨੀ ਕੋਈ ਛਿੱਤਰ ਵੱਜਣ ਨਾ ਸਹੁਰਿਆਂ ਦਾ ਉਸ ਤੋਂ ਬਾਅਦ ਸੋਚੀਦਾ ਉਸ ਤੋਂ ਪਹਿਲੇ ਨੀ ਸੋਚੀਦਾ ਚਿੱਟੇ ਸੂਟ ਸਾਰੇ ਪਾ ਕੇ ਆ ਜਾਣੇ ਜਨਾਦੇ ਤੇ ਮੰਗਾ ਲਈਏ ਚਲੋ ਨਿਕਲੋ ਤੁਸੀਂ ਲੈਣ ਨਿਕਲੋ ਕਿੱਥੇ